ਸਿੱਖ ਯੂਨੀਵਰਸ ਦੇਖ ਰਹੇ ਹੋ ਤੁਸੀਂ ਅਤੇ ਮੈਂ ਪਰਮਿੰਦਰ ਸਿੰਘ। ਦੋਸਤੋ, ਪੰਜਾਬ ਭਰ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਨੌਜਵਾਨ ਜਿਹੜੇ ਨੇ ਅੱਜ ਮੈਦਾਨ ਦੇ ਵਿੱਚ ਉਤਰ ਰਹੇ ਨੇ, ਪਰ ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਕੁਝ ਅਜਿਹੇ ਐਥਲੀਟ ਜਿਹੜੇ ਨੇ ਮੈਦਾਨ ਦੇ ਵਿੱਚ ਨੇ, ਜਿਹੜੇ ਕਿ ਅੰਡਰ ਏਜ ਤੋਂ ਉੱਪਰ ਖੇਡ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਵੱਡੀਆਂ ਵੱਡੀਆਂ ਮੱਲਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਾਰੀਆਂ ਗਈਆਂ ਨੇ। ਸਾਡੇ ਕੋਲ ਇੱਕ ਬਜ਼ੁਰਗ ਜਿਹੜੇ ਐਥਲੀਟ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਅੱਜ ਨੌਜਵਾਨਾਂ ਨੂੰ ਜਿੱਥੇ ਪ੍ਰੇਰਣਾ ਦੇ ਰਹੇ ਨੇ, ਪ੍ਰੇਰਣਾ ਦਾ ਸਰੋਤ ਬਣੇ ਹੋਏ ਨੇ। ਉੱਥੇ ਉਹਨਾਂ ਨੇ ਕਈ ਗੋਲਡ ਮੈਡਲ ਵੀ ਜਿੱਤੇ ਹੋਏ ਨੇ। ਉਹਨਾਂ ਦਾ ਸਫ਼ਰ ਖੇਡਾਂ ਦੇ ਵਿੱਚ ਕਿਹੋ ਜਿਹਾ ਰਿਹਾ ਅਤੇ ਅੱਜ ਕੱਲ੍ਹ ਉਹ ਕੀ ਕੁਝ ਕਰ ਰਹੇ ਨੇ, ਉਹ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਂ ਗੱਲ ਕਰ ਰਹੇ ਹਾਂ ਜੀਤ ਸਿੰਘ ਹੋਰਾਂ ਦੀ, ਜਿਹੜੇ ਐਥਲੀਟ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਣੀ ਚਾਹੂੰਗਾ, ਤੁਸੀਂ ਗੋਲਡ ਜਿੱਤੇ ਹੋ। ਗੋਲਡ ਜਿੱਤੇ ਅਤੇ ਕਿਹੜੀ ਗੇਮ ਦੇ ਵਿੱਚ ਗੋਲਡ ਹਾਸਲ ਕੀਤਾ ਅਤੇ ਕਦੋਂ ਹਾਸਲ ਕੀਤਾ ਸੀ? ਮੈਂ ਜੀ ਆਪਣਾ 2020 ਦੇ ਵਿੱਚ ਆਸਟ੍ਰੇਲੀਆ ਕੀਤਾ ਸੀ ਅਤੇ ਉੱਥੇ ਮੇਰਾ ਗੋਲਡ ਆਇਆ ਸੀ ਜੀ। ਕੰਟਰੀ ਸਾਈਡ ਹੋਈਆਂ ਸੀ ਅਤੇ ਗੇਮਾਂ ਬੇਲਾ ਰੈਟ ਜਗ੍ਹਾ ਸੀ ਜੀ, ਅਤੇ ਉਸ ਤੋਂ ਬਾਅਦ ਹੀ ਫਿਰ ਵਿਕਟੋਰੀਆ ਸਟੇਟ ਦੀਆਂ ਹੋਈਆਂ ਸੀ ਉੱਥੇ। ਵਿਕਟੋਰੀਆ ਸਟੇਟ ਦੇ ਵਿੱਚ ਮੈਂ ਆਪਣਾ 60 ਮੀਟਰ ਦੇ ਵਿੱਚ ਬਰੋਂਜ਼ ਮੈਡਲ ਸੀ ਅਤੇ ਉਹਦੇ ਵਿੱਚ ਆਪਣਾ ਲੌਂਗ ਜੰਪ ਦੇ ਵਿੱਚ ਮੇਰਾ ਸਿਲਵਰ ਮੈਡਲ ਸੀ, ਟ੍ਰਿਪਲ ਜੰਪ 'ਚ ਸਿਲਵਰ ਮੈਡਲ ਸੀ, ਅਤੇ ਇੱਕ ਉੱਥੇ ਮੈਂ ਪੈਂਟਾਥਲੋਨ ਲਾਈ ਸੀ ਆਸਟ੍ਰੇਲੀਆ ਦੇ ਵਿੱਚ, ਉਹਦੇ 'ਚ ਮੇਰਾ ਸਿਲਵਰ ਮੈਡਲ ਸੀ ਜੀ ਸਾਰੇ ਵਿਕਟੋਰੀਆ ਦੇ ਵਿੱਚ ਜੀ। ਹਾਂ, ਉਸ ਤੋਂ ਬਗੈਰ ਜੀ ਮੈਂ ਜੀ ਪਿਛਲੇ ਸਾਲ 2023 ਦੇ ਵਿੱਚ ਮਲੇਸ਼ੀਆ ਗਿਆ ਸੀ, ਉੱਥੇ ਇੰਟਰਨੈਸ਼ਨਲ ਹੋਈਆਂ ਸੀ, ਉੱਥੇ ਮੇਰਾ 100 ਮੀਟਰ ਦੇ ਵਿੱਚ ਸਿਲਵਰ ਮੈਡਲ ਅਤੇ 200 ਮੀਟਰ 'ਚ ਸਿਲਵਰ ਮੈਡਲ ਸੀ ਜੀ। ਇਸ ਤੋਂ ਬਗੈਰ ਜੀ ਮੈਂ ਫਿਰ ਇੱਥੇ ਨੈਸ਼ਨਲ ਦੇ ਵਿੱਚ ਤਾਮਿਲਨਾਡੂ ਹੋਈਆਂ ਪਾਂਡੀਚਰੀ ਦੇ ਕੋਲ, ਹੁਣ ਮੈਨੂੰ ਜਗ੍ਹਾ ਤਾਂ ਯਾਦ ਨਹੀਂ ਹੈ, ਪਾਂਡੀਚਰੀ ਦੇ ਕੋਈ ਉੱਥੇ ਸੀ, ਉੱਥੇ ਮੇਰਾ 100 ਮੀਟਰ ਦੇ ਵਿੱਚ ਗੋਲਡ ਮੈਡਲ, 200 ਵਿੱਚ ਗੋਲਡ ਮੈਡਲ, ਬੰਗਲੌਰੂ ਹੋਈਆਂ ਸੀ ਜੀ, ਉੱਥੇ 100 ਦੇ ਵਿੱਚ ਮੇਰਾ ਸਿਲਵਰ ਮੈਡਲ ਸੀ ਅਤੇ 200 ਦੇ ਵਿੱਚ ਮੇਰਾ ਗੋਲਡ ਮੈਡਲ ਸੀ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਸਰ, ਬਹੁਤ ਜਗ੍ਹਾ 'ਤੇ ਤੁਸੀਂ ਜਾ ਚੁੱਕੇ ਹੋ ਅਤੇ ਬੜੀਆਂ ਵੱਡੀਆਂ ਮੱਲਾਂ ਵੀ ਮਾਰੀਆਂ ਨੇ, ਇੱਕ ਸਿੱਖ ਚਿਹਰਾ ਹੋਣ ਦੇ ਨਾਤੇ ਤੁਹਾਨੂੰ ਲੋਕ ਕਿਵੇਂ ਦੇਖਦੇ ਨੇ? ਬਹੁਤ ਪਿਆਰ ਨਾਲ ਦੇਖਦੇ ਹਾਂ ਜੀ। ਜਦੋਂ ਇਹ ਸੋਚਦੇ ਵੀ ਥੋੜ੍ਹਾ ਜਿਹਾ ਸਾਡਾ ਪੰਜਾਬ ਦੇ ਵਿੱਚ ਦੱਸਿਆ ਜਾਂਦਾ ਵੀ ਇਹ ਡਰੱਗ ਜਿਹੜੀ ਯੂਜ਼ ਹੁੰਦੀ ਜ਼ਿਆਦਾ ਪੰਜਾਬ ਦੇ ਵਿੱਚ, ਜਦੋਂ ਦੇਖਦੇ ਸਾਨੂੰ ਵੀ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਅਤੇ ਵੀ ਇੰਨੀ ਏਜ ਦੇ ਜਦੋਂ ਹੈਗੇ ਆ ਜੀ ਇਹ ਸਿੰਘ ਸਾਹਿਬ ਪੰਜਾਬ ਤੋਂ ਆਏ ਨੇ ਵੀ ਉਹ ਬਹੁਤ, ਮਤਲਬ ਕਈ ਵਾਰ ਤਾਂ ਕਹਿੰਦੇ ਜੀ ਤੁਹਾਡੀ ਮਿਲਖਾ ਸਿੰਘ ਦੀ ਯਾਦ ਆ ਗਈ ਜੀ। ਇਹ ਵੀ ਕਈ ਜਗ੍ਹਾ ਅਸੀਂ ਗਏ ਸੀ, ਆਪਣਾ ਗੋਆ ਗਏ ਸੀ 2 ਸਾਲ ਪਹਿਲੇ, ਉੱਥੇ ਕਹਿੰਦੇ ਸੀ ਵੀ ਤੁਹਾਡੀ ਮਿਲਖਾ ਸਿੰਘ ਦੀ ਯਾਦ ਦਵਾਤੀ ਸੀ ਚੇਨਈ ਦੇ ਵਿੱਚ ਜੀ। ਗੋਆ ਦੇ ਵਿੱਚ ਮੇਰਾ ਉਹਦੇ ਵਿੱਚ ਉੱਥੇ ਹੋਈਆਂ ਅਤੇ ਪੈਸਾ ਫਿਕ ਹੋਈਆਂ ਸੀ ਜੀ ਜੀ, ਉਹਦੇ ਵਿੱਚ 100 ਮੀਟਰ ਦੇ ਵਿੱਚ ਮੇਰਾ ਗੋਲਡ ਸੀ, 200 ਮੀਟਰ 'ਚ ਵੀ ਮੇਰਾ ਗੋਲਡ ਸੀ ਜੀ। ਅੱਛਾ, ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵੱਲੋਂ ਜਿੱਦਾਂ ਹੁਣ ਖੇਡਾਂ ਵਤਨ ਪੰਜਾਬ ਦੀਆਂ ਕਰਾਇਆ ਜਾ ਰਿਹਾ, ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ? ਇਹ ਉਪਰਾਲਾ ਬਹੁਤ ਅੱਛਾ ਜੀ, ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਹੈਗੀਆਂ ਕਮੀਆਂ ਪੇਸ਼ੀਆਂ ਹੈਗੀਆਂ ਇਹਦੇ ਵਿੱਚ, ਪਰ ਹੈ ਓਵਰਆਲ ਇਹ ਅੱਛਾ ਹੈ ਉਪਰਾਲਾ ਹੈਗਾ ਜੀ। ਹਾਂਜੀ, ਨੌਜਵਾਨ ਜੁੜ ਰਹੇ ਨੇ ਕਿਉਂਕਿ ਉਹਨਾਂ ਕੋਲ ਕੋਈ ਪਲੇਟਫਾਰਮ ਨਹੀਂ ਸੀਗਾ ਪਹਿਲੇ ਵੀ, ਅਸੀਂ ਕਿਵੇਂ ਆਪਣੀ ਪ੍ਰਤਿਭਾ ਨੂੰ ਦਿਖਾਈਏ, ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਿਆ। ਹਾਂ, ਜਦੋਂ ਇੱਥੇ ਜੀ ਮੈਂ ਪਿੱਛੇ ਲਾਈ ਸੀ ਇਹਦੇ ਵਿੱਚ, ਅਤੇ ਮੈਂ ਉਹਦੇ 'ਚ ਲਾ ਤੀ ਸੀ, ਮੈਨ ਦੇ ਵਿੱਚ ਲਾ ਤੀ ਸੀ, 2021 ਦੇ ਜੀ ਲਾਏ ਸੀ, 200 ਮੀਟਰ ਲਾਏ ਸੀ। ਅਤੇ ਉਹਦੇ 'ਚ ਕਿਆ ਹੋਇਆ ਜੀ, ਉਹ ਬੜਾ ਫਿਰ ਉਹਨਾਂ ਨੇ ਭਾਵੇਂ ਮੇਰੀ ਪਲੇਸ 4th ਆਈ ਸੀ, ਮੇਰਾ ਜਿਹੜਾ ਟਾਈਮ ਸੀ 27.8 ਆਇਆ ਸੀ ਜੀ, 200 ਮੀਟਰ ਦਾ ਜੀ। ਹਾਂਜੀ,
ਤੇ ਉਹਨੂੰ ਦੇਖ ਕੇ ਜਿਹੜੇ ਯੰਗ ਸੀ ਉਹ ਬੜੇ ਜਿਹੜੀਆਂ ਹੁਣ ਹੋ ਕੇ ਹਟੀਆਂ ਨੇ ਪਿਛਲੇ ਸਾਲ ਜੇ ਸੋਈਆਂ ਸੀ ਜੀ ਠੀਕ ਹੈ ਪਿਛਲੇ ਸਾਲ ਜੇ ਸੋਈਆਂ ਸੀ ਸਰ ਸਿੱਧੂ ਸਾਹਿਬ ਵੀ ਆਏ ਸੀ ਬਲਵੀਰ ਸਿੰਘ ਹੁਣ ਵੀ ਤੁਸੀਂ ਪ੍ਰੈਕਟਿਸ ਕਰਦੇ ਹੁਣ ਵੀ ਗੇਮਾਂ 'ਚ ਹਿੱਸਾ ਲੈਂਦੇ ਹੋ ਲੈਂਦੇ ਜੀ ਹੁਣ ਵੀ ਲੈਂਦੇ ਹੁਣ ਮੈਂ ਤਿਆਰੀ ਕਰ ਰਿਹਾ ਹੁਣ ਮੈਂ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਕਰ ਰਿਹਾ ਜੀ ਕਿਤੇ ਵਧੀਆ ਬੱਚਾ ਮੈਂ ਕੰਪਲੀਟ ਕਰਾਂਗਾ ਜੀ ਅੱਛਾ ਤੁਸੀਂ ਬਹੁਤ ਸਾਰੀਆਂ ਕੰਟਰੀਆਂ 'ਚ ਆ ਕੇ ਆਏ ਹੋ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਨਾਮ ਕੀਤਾ ਪੰਜਾਬ ਸਰਕਾਰ ਦਾ ਉਹਦੇ ਵਿੱਚ ਤੁਹਾਡੇ ਵਾਸਤੇ ਕੀ ਦੇਣ ਰਿਹਾ ਪੰਜਾਬ ਦਾ ਤਾਂ ਸਾਨੂੰ ਵੈਸੇ ਕੈਸ਼ ਕੁਛ ਨਹੀਂ ਦਿੰਦੇ ਹੈਗੇ ਅਤੇ ਬਾਕੀ ਇਹ ਵੀ ਸਾਨੂੰ ਇੰਨਾ ਕੁ ਹੈਗਾ ਵੀ ਸਾਨੂੰ ਗਰਾਊਂਡ ਮਿਲ ਜਾਂਦੀ ਹੈ ਜੀ ਤੁਸੀਂ ਆਪਣੇ ਲੈਵਲ 'ਤੇ ਹੀ ਗਏ ਹੋ ਜਿਹੜੇ ਵਿਦੇਸ਼ 'ਚ ਗਏ ਹੋ ਆਪਣੇ ਲੈਵਲ 'ਤੇ ਹੀ ਸਾਰਾ ਆਪਣਾ ਡਾਇਟ ਦਾ ਆਪਣਾ ਖਰਚਾ ਕਰਾਇਆ ਆਪਣਾ ਲਾਇਆ ਜੀ ਅਤੇ ਬਾਕੀ ਅਸੀਂ ਚਲੋ ਕੋਈ ਬਹੁਤਾ ਨਹੀਂ ਚਾਹੁੰਦੇ ਕਹਿੰਦੇ ਵੀ ਜਦੋਂ ਜਿਹੜੇ ਓਲਡ ਹੈ ਜੀ ਸਾਡੇ ਵੈਟਰਨ ਹੈਗੇ ਜੀ ਸਾਨੂੰ ਜਦੋਂ ਮੈਡਲ ਦਿੰਦੇ ਆ ਵਿਕਟਰੀ ਸਟੈਂਡ 'ਤੇ ਖੜ ਕੇ ਮੈਡਲ ਦੇਣੇ ਚਾਹੀਦੇ ਜੀ ਉੱਦਾਂ ਹੀ ਹੱਥ 'ਚ ਮੈਡਲ ਨਹੀਂ ਫੜਾਉਣਾ ਚਾਹੀਦਾ ਹੈਗਾ ਅੱਛਾ ਉਹ 'ਤੇ ਵੀ ਤੁਹਾਨੂੰ ਮਤਲਬ ਵਿਕਟਰੀ ਸਟੈਂਡ 'ਤੇ ਵੀ ਨਹੀਂ ਖੜਾਇਆ ਕਈ ਵਾਰੀ ਕਈ ਬਹੁਤ ਘੱਟ ਖੜਾਉਂਦੇ ਨਹੀਂ ਮੋਸਟਲੀ ਹੈਗੇ ਜੀ ਇਹ ਆਪਣਾ ਇੱਕ ਹੋਰ ਹੈ ਜੀ ਸਾਨੂੰ ਬਣਦਾ ਜਿਹੜਾ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਨਹੀਂ ਇਹ ਵੀ ਮਾਨ ਸਨਮਾਨ ਮਾਨ ਤਾਂ ਮਿਲਦਾ ਪਰ ਹੁਣ ਜਦੋਂ ਵਿਕਟਰੀ ਸਟੈਂਡ 'ਤੇ ਖੜਨਾ ਚਾਹੀਦਾ ਜੀ ਥੋੜ੍ਹੇ ਬੰਦੇ ਨੂੰ ਹੋਰ ਖੁਸ਼ੀ ਹੁੰਦੀ ਹੈ ਵੀ ਯਾਰ ਵਿਕਟਰੀ ਸਟੈਂਡ 'ਤੇ ਖੜੇ ਅਸੀਂ ਇੱਕ ਹੋਰ ਇੱਕ ਜਿੱਤ ਅਸੀਂ ਕਿਉਂਕਿ ਜਦੋਂ ਵਿਕਟਰੀ ਸਟੈਂਡ 'ਤੇ ਮੈਡਲ ਪਾ ਕੇ ਖੜਦੇ ਇੱਕ ਹੋਰ ਅਜੀਬ ਕਿਸਮ ਦਾ ਮਹਿਸੂਸ ਹੁੰਦਾ ਜੀ ਇੱਥੇ ਜੀ ਆਪਣੇ ਦੇਸ਼ ਨਾਲੋਂ ਬਾਹਰਲੇ ਦੇਸ਼ਾਂ 'ਚ ਕਿੰਨਾ ਕੁ ਸਤਿਕਾਰ ਦਾ ਫਰਕ ਆ ਖਿਡਾਰੀ ਦਾ ਸਤਿਕਾਰ ਦਾ ਤਾਂ ਜੀ ਬਾਹਰ ਦੇ ਵਿੱਚ ਉਹ ਲੋਕ ਹੈ ਨਾ ਜਿਹੜੇ ਬਾਹਰ ਦੇ ਹੈ ਨਾ ਜੀ ਉਹਨਾਂ ਦੇ ਜੋ ਮਨ 'ਚ ਆ ਉਹੀ ਬਾਹਰ ਹੈ ਹਾਂਜੀ ਬਾਕੀ ਇਹ ਹੈ ਵੀ ਸਤਿਕਾਰ ਇੱਥੇ ਹੀ ਮਿਲਦਾ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜੀ ਬਾਹਰ ਵਾਲੇ ਆ ਜਿਹੜੇ ਉਹਨਾਂ ਦਾ ਇੱਕ ਵੱਖਰੀ ਕਿਸਮ ਦਾ ਆਪਣੇ ਵੱਖਰੀ ਕਿਸਮ ਦਾ ਆ ਜਾਂਦਾ ਇੱਕ ਤਾਂ ਜੈਲਸੀ ਨਹੀਂ ਕਰਦੇ ਕਿਸੇ ਨਾਲ ਜਿਹੜਾ ਨਾਲ ਦਾ ਅਥਲੀਟ ਹੈ ਜੀ ਉਹਨੂੰ ਜੇ ਕੋਈ ਕਮੀ ਪੇਸ਼ੀ ਵੀ ਹੁੰਦੀ ਹੈ ਤਾਂ ਦੱਸਦੇ ਆ ਵੀ ਤੂੰ ਇਹ ਇਸ ਤਰ੍ਹਾਂ ਕਰ ਹਾਂਜੀ ਇਹ ਤੇਰੀ ਕਮੀ ਪੇਸ਼ੀ ਆ ਉਹ ਇੰਨਾ ਨਹੀਂ ਕੋਈ ਆਪਣੇ ਆਪ ਜਿਹੜਾ ਕੰਪਿਊਟਰ ਹੁੰਦਾ ਉਹਨੂੰ ਕੋਈ ਦੱਸਦਾ ਨਹੀਂ ਹੈਗਾ ਉਹ ਦੱਸਦੇ ਆ ਜੀ ਹਾਂਜੀ ਇਹ ਫਰਕ ਹੈਗਾ ਜੀ ਬਾਹਰ ਬਾਕੀ ਇਹ ਜੀ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਅਸੀਂ ਵੈਟਰਨ ਹੈ ਜੀ ਇਹਦੇ ਵਿੱਚ ਵੀ ਸਾਨੂੰ ਜਿਹੜੇ ਕੁਛ ਹੈਗੇ ਅਸੀਂ ਚਲੋ ਮੈਂ ਤਾਂ ਚਲੋ ਪੈਨਸ਼ਨ ਮਿਲਦੀ ਹੈ ਕਈ ਵਿਚਾਰੇ ਸਾਡੇ 'ਚ ਪੈਨਸ਼ਨ ਹੀ ਲੈਂਦੇ ਹੈਗੇ ਉੱਦਾਂ ਕਰਨ ਉਹਨਾਂ ਨੂੰ ਥੋੜ੍ਹਾ ਜਿਹਾ ਕੈਸ਼ ਦੇ ਦਿਵੇ ਤਾਂ ਬਹੁਤ ਚੰਗੀ ਬਾਤ ਹੈ ਕਿਰਾਇਆ ਹੀ ਦੇ ਦਿਓ ਹਾਂਜੀ ਥੋੜ੍ਹਾ ਜਿਹਾ ਹੋਰ ਤਾਂ ਕਿਆ ਲੈਣਾ ਜੀ ਕਿਰਾਇਆ ਜਿੰਨਾ ਬੰਦੇ ਦਾ ਹੁੰਦਾ ਕਿਤੇ ਨਾ ਕਿਤੇ ਤੁਸੀਂ ਪ੍ਰੇਰਣਾ ਦਾ ਸਰੋਤ ਹੋ ਤਾਂ ਸਰਕਾਰਾਂ ਨੂੰ ਵੀ ਬਾਂਹ ਫੜਨੀ ਚਾਹੀਦੀ ਹੈ ਵੀ ਤਾਂ ਕਿ ਨੌਜਵਾਨ ਤੁਹਾਨੂੰ ਦੇਖ ਕੇ ਮੈਦਾਨਾਂ ਦੇ ਵਿੱਚ ਆਉਣ ਹਾਂਜੀ ਹੁਣ ਜਿਸ ਤਰ੍ਹਾਂ ਜੀ ਚਲੋ ਸਾਡੇ 'ਚੋਂ ਜਿਹੜੇ ਕਈ ਹੈਗੇ ਅਸੀਂ ਤਾਂ ਇੰਪਲਾਈ ਸੀ ਗੌਰਮੈਂਟ ਤੋਂ ਸਾਨੂੰ ਤਾਂ ਪੈਨਸ਼ਨ ਮਿਲਦੀ ਕਈ ਵਿਚਾਰੇ ਇਸ ਤਰ੍ਹਾਂ ਦੇ ਹੈਗੇ ਜੀ ਉਹਨਾਂ ਨੂੰ ਕੋਈ ਸਰਕਾਰੀ ਜੌਬ ਨਹੀਂ ਹੁੰਦੀ ਉਹ ਆਉਂਦੇ ਗਰਾਊਂਡ 'ਚ ਆਉਂਦੇ ਆ ਉਹਨਾਂ ਨੂੰ ਦੇ ਦੇਣਾ ਚਾਹੀਦਾ ਜੀ ਅੱਛਾ ਜਦੋਂ ਤੁਸੀਂ ਅੱਜ ਵੀ ਪ੍ਰੈਕਟਿਸ ਕਰਦੇ ਹੋ ਹੈ ਨਾ ਮੈਦਾਨ ਦੇ ਵਿੱਚ ਆਉਂਦੇ ਹੋ ਦੌੜ ਲਗਾਉਂਦੇ ਹੋ ਨੌਜਵਾਨ ਵੀ ਤੁਹਾਡੇ ਨਾਲ ਦੌੜਦੇ ਹੋਣੇ ਆ ਉਹ ਫਿਰ ਤੁਹਾਨੂੰ ਦੇਖ ਕੇ ਕਿਵੇਂ ਦਾ ਰਿਐਕਟ ਕਰਦੇ ਨੇ ਮੈਂ ਜੀ ਮੋਸਟਲੀ ਆਪਣੇ ਨੌਜਵਾਨਾਂ 'ਚ ਪ੍ਰੈਕਟਿਸ ਕਰਦਾ ਜਿਹੜਾ ਮੈਨੂੰ ਬੈਨੀਫਿਟ ਹੈ ਜੀ ਕਿਉਂਕਿ ਉਹਨਾਂ ਦੀ ਸਪੀਡ ਨੌਜਵਾਨਾਂ ਦੀ ਜ਼ਿਆਦਾ ਹੁੰਦੀ ਹੈ ਮੈਂ ਉਹਨਾਂ ਨੂੰ ਨਾਲ ਲੱਗਣ ਦੀ ਕੋਸ਼ਿਸ਼ ਕਰਦਾ ਉਹਨਾਂ ਕਰਕੇ ਜ਼ਿਆਦਾ ਬੱਚੇ ਮੈਨੂੰ ਦੇਖ ਕੇ ਬਹੁਤ ਹੁੰਦੇ ਉਹ ਕਹਿ ਦਿੰਦੇ ਵੀ ਜਦੋਂ ਤੁਸੀਂ ਇੰਨੇ ਏਜ ਦੇ ਸਾਡੇ ਕਰ ਰਹੇ ਵੀ ਸਾਨੂੰ ਕੀ ਹੋ ਗਿਆ ਅਸੀਂ ਵੀ ਤੁਹਾਨੂੰ ਦੇਖ ਕੇ ਕਰਦੇ ਜੀ ਮੈਂ ਸ਼ੀਫਿਸ ਗੌਰਮੈਂਟ ਕਾਲਜ 'ਚ ਪ੍ਰੈਕਟਿਸ ਕਰਦਾ ਜੀ ਅੱਛਾ ਜੇ ਆਪਾਂ ਗੱਲ ਕਰੀਏ ਅੱਜ ਦੇ ਯੂਥ ਦੀ ਪੰਜਾਬ ਦੀ ਗੱਲ ਕਰੀਏ ਉਹ ਖੇਡਾਂ ਦੇ ਵੱਲ ਰੁਚੀ ਬਹੁਤ ਘੱਟ ਰਹਿ ਗਈ ਉਹਨਾਂ ਦੀ ਬਾਹਰ ਜਾਣ ਦੀ ਹੋੜ ਲੱਗ ਗਈ ਉਹਨਾਂ ਨੂੰ ਜੇ ਆਪਾਂ ਦੁਬਾਰਾ ਖੇਡਾਂ ਦੇ ਵੱਲ ਲਾਉਣਾ ਹੋਵੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਅਤੇ ਮਾਪਿਆਂ ਨੂੰ ਕਿਵੇਂ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਵੈਸੇ ਜੀ ਜਿਹੜੇ ਹੁਣ ਖੇਡਾਂ 'ਚ ਬੱਚੇ ਆਉਂਦੇ ਮੋਸਟਲੀ ਇਹਨਾਂ ਦੇ ਗਰੀਬ ਘਰਾਂ ਦੇ ਆਉਂਦੇ ਹਾਂਜੀ ਅਤੇ ਉਹ ਜਿਹੜੇ ਗਰੀਬ ਘਰਾਂ ਦੇ ਹੁੰਦੇ ਆ ਉਹਨਾਂ ਨੂੰ ਗੌਰਮੈਂਟ ਨੂੰ ਕੋਈ ਮਦਦ ਕਰਨੀ ਕਈ ਤਾਂ ਦੇਖਦੇ ਕਿ ਇਹਦੇ ਕੋਲ ਬੂਟਾਂ ਵੀ ਟੁੱਟੇ ਵੇ ਹੁੰਦੇ ਆ ਜੀ ਹਾਂਜੀ ਬੂਟ ਵਿਚਾਰੇ ਕਈ ਮੈਂ ਕੱਪੜੇ ਵੀ ਜਿਹੜੀ ਕਿੱਟ ਹੁੰਦੀ ਉਹ ਵੀ ਨਹੀਂ ਹੁੰਦੀ ਉਹਨਾਂ ਕੋਲ ਪ੍ਰੋਪਰ ਹੁੰਦੀ ਆ ਜੀ ਜਦੋਂ ਸਪੈਕਸ ਲੈਣੇ ਹੁੰਦੇ ਆ ਉਹ ਵਿਚਾਰੇ ਉਸ 'ਤੇ ਟੁੱਟਿਆਂ ਫੁੱਟਿਆਂ ਦੇ ਨਾਲੇ ਕੰਮ ਚਲਾਉਂਦੇ ਆ ਜੀ ਜਿਹੜੇ ਇਸ ਤਰ੍ਹਾਂ ਦੇ ਆ ਜਿਹੜੇ ਡਿਜ਼ਰਵ ਕਰਦੇ ਆ ਜੀ ਹਾਂਜੀ ਸਰਕਾਰ ਨੂੰ ਉਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਜੀ ਅਤੇ ਜਿਹੜੇ ਹੁਣ ਜਿਹੜੇ ਨੇ ਖਾ ਕੇ ਬਰਗਰ ਇਹ ਤਕੜੇ ਹੋ ਗਏ ਉਹਨਾਂ ਨੇ ਗਰਾਊਂਡ 'ਚ ਕਿੱਥੇ ਆਉਣਾ ਜੀ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਦਾ ਕੁਛ ਨਾ ਕੁਛ ਕਰਨਾ ਚਾਹੀਦਾ ਜੀ ਅੱਛਾ ਤੁਸੀਂ ਕੀ ਡਾਇਟ ਲੈਂਦੇ ਹੋ ਮੈਂ ਵੈਜੀਟੇਰੀਅਨ ਹਾਂ ਜੀ ਅਤੇ ਬਾਕੀ ਆਮ ਸਿੰਪਲ ਡਾਇਟ ਲਈ ਦੀ ਆ ਜਿਸ ਤਰ੍ਹਾਂ ਸਵੇਰੇ ਚਾਹ ਦੇ ਨਾਲ ਟੋਸਟ ਖਾ ਲਿਆ
ਤੇ ਫਿਰ 2 ਕਿੱਲੇ ਖਾ ਲਏ ਬਾਅਦ ਦੇ ਵਿੱਚ 2 ਘੰਟੇ ਗਏ ਬਾਅਦ, ਤੇ ਦੁਪਹਿਰ ਨੂੰ 11 ਕੁ ਵਜੇ ਰੋਟੀ ਖਾ ਲਈ। ਤੇ ਸਪੈਸ਼ਲ ਇਹੀ ਹੈ ਜੀ ਵੀ ਦਲੀਆ ਜ਼ਰੂਰ ਖਾ ਜਾਂਦੇ ਹਫ਼ਤੇ 'ਚ ਜੀ, ਮਤਲਬ ਦੇਸੀ ਖੁਰਾਕਾਂ ਦੇ ਨਾਲ ਹੀ ਤੁਸੀਂ? ਦੇਸੀ ਖੁਰਾਕਾਂ ਨਾਲ, ਹੋਰ ਕੋਈ ਚੀਜ਼ ਨਹੀਂ ਲਈਦੀ। ਆਪਣੇ ਦੇਸੀ ਬਦਾਮ ਖਾ ਲਈਦੇ, 10 ਕੁ ਬਦਾਮ ਰੋਜ਼ ਭਜਾ ਹੁੰਦੇ ਨੇ, ਸਵੇਰੇ ਛਿਲਕਾ ਖਾ ਲਈਦੇ ਜੀ ਉਹਨਾਂ ਨੂੰ। ਇਹੀ ਦੁੱਧ ਪੀਦਾ ਜੀ, ਹਾਂਜੀ ਦੁੱਧ ਪੀ ਲਈਦਾ, 1/2 ਕੁ ਲੀਟਰ ਦੁੱਧ ਪੀ ਲਈਦਾ ਜੀ। ਦੇਸੀ ਖੁਰਾਕਾਂ ਦੇ ਨਾਲ ਹੀ ਸਰੀਰ ਤੰਦਰੁਸਤ ਰੱਖਿਆ? ਹਾਂਜੀ ਹਾਂ, ਥੋੜ੍ਹਾ ਦੇਸੀ ਘੀ ਵੀ ਖਾ ਲਈ। ਪਰ ਅੱਜ ਕੱਲ੍ਹ ਇਹ ਵੀ ਕਹਿੰਦੇ ਆ ਨਾ ਵੀ ਜਿਹੜੀਆਂ ਚੀਜ਼ਾਂ ਤੁਸੀਂ ਖਾ ਰਹੇ ਉਹਨਾਂ ਦੇ ਵਿੱਚ ਵੀ ਮਿਲਾਵਟ, ਦੁੱਧ ਦੀ ਗੱਲ ਕਰ ਲਈਏ, ਦੇਸੀ ਘਿਓ ਦੀ ਗੱਲ ਕਰ ਲਈਏ, ਇਹ ਵੀ ਬੜਾ ਲੋਕਾਂ ਦੇ ਵਿੱਚ ਇਤਰਾਜ਼ ਹੈ। ਨਹੀਂ ਜੀ, ਜਿਹੜੀ ਆਪਣਾ ਦੇਸੀ ਘੀ ਤਾਂ ਆਪਣਾ ਬਣਾ ਸਕਦੇ ਆਪਾਂ ਘਰੇ, ਦੁੱਧ ਲੈ ਕੇ, ਦੁੱਧ ਲੈ ਲਓ, ਦੁੱਧ ਆਪਣਾ ਜਿਹੜਾ ਕੋਈ ਪਿੰਡ ਦਾ ਹੁੰਦਾ ਜੀ ਉਹਦੇ ਜਾਣ ਪਛਾਣ, ਉਹ ਤੋਂ ਲੈ ਕੇ ਆਪਣਾ ਉਹਦਾ ਆਪਾਂ ਘੀ ਬਣਾ ਸਕਦੇ, ਦਹੀਂ ਬਣਾ ਸਕਦੇ, ਉਹ ਤਾਂ ਜੀ ਮੁੱਲ ਦੀਆਂ ਘੱਟ ਲਓ ਜੀ ਬਾਅਦ। ਵੈਸੇ ਜਿਹੜੇ ਜੰਕ ਫੂਡ ਹੈ ਨਹੀਂ ਖਾਣੇ ਚਾਹੀਦੇ ਹੈਗੇ, ਪੇਟ ਨੂੰ ਖਰਾਬ ਕਰਦੇ ਜਿਹੜੇ ਜੀ। ਅੱਛਾ, ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਖੀਰ ਵਿੱਚ? ਨੌਜਵਾਨਾਂ ਨੂੰ ਇਹ ਹੈ ਜੀ ਵੀ ਆਪਣੀ ਆਪ ਮਿਹਨਤ ਕਰੋ ਜੀ, ਕੋਈ ਸਰਕਾਰ ਕੰਨੀ ਜਿੰਨੀ ਕੁ ਚਲੋ ਕਰਦੀ ਕਰੋ, ਨਹੀਂ ਤੁਸੀਂ ਆਪਣੇ ਕੋਲੋਂ ਕਰੋ ਜੀ ਮਿਹਨਤ ਕਰਕੇ। ਸਭ ਤੋਂ ਜ਼ਿਆਦਾ ਵੀ ਰੈਗੂਲਰ ਜਿਹੜਾ ਰਹਿਣਾ ਹੁੰਦਾ ਜੀ, ਜਿਹੜਾ ਰੈਗੂਲਰਟੀ ਹੈ ਜੀ, ਇਹ ਸਭ ਤੋਂ ਬੜੀ ਚੀਜ਼ ਹੈ ਜੀ। ਜਦੋਂ ਵਿੱਚ ਨੂੰ ਪ੍ਰੈਕਟਿਸ ਕਰਦੇ ਹਾਂ ਜੀ, ਵਿੱਚ ਗੈਪ ਆ ਦਿੰਦੇ ਕਈ ਵਾਰੀ, ਹਾਂਜੀ ਕੋਈ ਫੰਕਸ਼ਨ ਆ ਗਿਆ, ਫੰਕਸ਼ਨ ਚਲੇ ਗਿਆ, ਕੋਈ ਹੋਰ ਕਿਤੇ ਆ ਗਿਆ, ਉਹ ਜਿਹੜਾ ਗੈਪ ਪੈ ਜਾਂਦਾ, 1 ਦਿਨ ਦਾ ਗੈਪ ਪਿਆ ਵਾ, 2 ਦਿਨ ਦਾ ਗੈਪ ਪਿਆ ਵਾ, 15 ਦਿਨ ਪਿੱਛੇ ਚਲੇ ਜਾਂਦਾ ਬੰਦਾ ਜੀ, 15 ਦਿਨ ਬੈਕ ਹੋ ਜਾਂਦਾ ਜੀ। ਵੀ ਰੈਗੂਲਰ ਰਹਿਣਾ ਚਾਹੀਦਾ ਜੀ, ਬਾਕੀ ਆਪਣਾ ਸਿਰਫ ਖੇਡਾਂ ਕੰਨੀ ਧਿਆਨ ਦੇਣਾ ਚਾਹੀਦਾ, ਹੋਰ ਦੂਜੇ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ ਕਿਸੇ ਪਾਸੇ ਜੀ। ਵੀ ਕਿਹੜੇ ਇਲਾਕੇ ਤੋਂ ਆ ਤੁਸੀਂ? ਮੇਰਾ ਜੀ ਪਿੰਡ ਤਾਂ ਮੇਰਾ ਠਸਕਾ ਜੀ, ਠਸਕਾ ਬਣਾਉਣਾ, ਠਸਕਾ ਇੱਥੇ ਮੋਹਾਲੀ ਡਿਸਟ੍ਰਿਕਟ 'ਚ ਪੈ ਜਾਂਦਾ ਜੀ, ਤਹਿਸੀਲ ਵੀ ਸਾਡੀ ਮੋਹਾਲੀ ਆ ਜੀ, ਪਰ ਮੈਂ ਹੁਣ ਇੱਥੇ ਬਲੋਲਪੁਰ ਰਹਿੰਦਾ, 39 ਵੈਸਟ ਦੇ ਵਿੱਚ, 39 ਵੈਸਟ ਬਲੋਲਪੁਰ ਮੋਹਾਲੀ ਡਿਸਟ੍ਰਿਕਟ 'ਚ ਪੈ ਜਾਂਦਾ ਜੀ। ਅੱਛਾ, ਜਦੋਂ ਤੁਸੀਂ ਵਿਦੇਸ਼ਾਂ ਤੋਂ ਮੈਡਲ ਲੈ ਕੇ, ਗੋਲਡ ਮੈਡਲ ਲੈ ਕੇ ਵੀ ਆਏ, ਤਾਂ ਇੱਥੇ ਲੋਕਾਂ ਦਾ ਕਿਵੇਂ ਦਾ ਤੁਹਾਨੂੰ ਸਹਿਯੋਗ ਸੀ, ਉਹਨਾਂ ਦੇ ਵਿੱਚ ਕਿਵੇਂ ਦਾ ਤੁਹਾਨੂੰ ਦੇਖ ਕੇ ਮਤਲਬ ਰਿਐਕਸ਼ਨ ਸੀ? ਜਦੋਂ ਮੈਂ ਉੱਥੋਂ ਮੈਡਲ ਲੈ ਕੇ ਆਇਆ ਸੀ ਆਸਟ੍ਰੇਲੀਆ ਤੋਂ, ਮੇਰੇ ਇੱਕ 6 ਫੇਸ ਦੇ ਵਿੱਚ ਹਨੂੰਮਾਨ ਮੰਦਰ ਵਾਲੇ ਆ ਜੀ, ਉਹਨਾਂ ਨੇ ਮੇਰਾ ਸਨਮਾਨ ਕੀਤਾ ਸੀ ਜੀ, ਉਹ ਕਮੇਟੀ ਵੱਲੋਂ ਮੇਰਾ ਸਨਮਾਨ ਕੀਤਾ ਗਿਆ ਸੀ ਜੀ। ਅਤੇ ਬਾਕੀ ਹੋਰ ਜਦੋਂ ਕਿਤੇ ਸਪੋਰਟਸ ਹੁੰਦੀਆਂ ਜੀ, ਕਬੱਡੀ ਖਾਸ ਕਰਕੇ ਮੈਚ ਹੁੰਦੇ ਆ, ਫਿਰ ਮੈਂ ਕਿਤੇ ਦੇਖਣ ਚਲੇ ਜਾਂਦਾ, ਫਿਰ ਉੱਥੇ ਪਛਾਣ ਲੈਂਦੇ ਮੈਨੂੰ, ਫਿਰ ਉਹ ਮੇਰਾ ਉਹਨੂੰ ਕਹਿ ਕੇ ਸਨਮਾਨ ਕਰਾ ਦਿੰਦੇ। ਜਿਸ ਤਰ੍ਹਾਂ ਹੁਣ ਬਲੋਲਪੁਰ ਵੀ ਹੋਇਆ ਸਨਮਾਨ, ਝਾਂਪੁਰ ਵੀ ਹੋਇਆ ਸੀ ਇੱਕ ਵਾਰੀ ਸਨਮਾਨ ਕਹਿ ਕੇ ਜੀ, ਸਨਮਾਨ। ਬਹੁਤ ਬਹੁਤ ਸ਼ੁਕਰੀਆ, ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਤੁਸੀਂ ਇੱਦਾਂ ਹੀ ਤੰਦਰੁਸਤ ਰਹੋ ਅਤੇ ਨੌਜਵਾਨਾਂ ਨੂੰ ਇੱਦਾਂ ਹੀ ਪ੍ਰੇਰਨਾ ਜਿਹੜੀ ਆ ਉਹ ਦਿੰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਸਰ। ਸੋ ਇਹ ਸੰਜੀਤ ਸਿੰਘ ਜੀ ਜਿਹੜੇ ਕਿ ਬਜ਼ੁਰਗ ਐਥਲੀਟ ਨੇ ਅਤੇ ਕਿਤੇ ਨਾ ਕਿਤੇ ਅੱਜ ਨੌਜਵਾਨਾਂ ਦੇ ਵਾਸਤੇ ਪ੍ਰੇਰਨਾ ਦਾ ਸਰੋਤ ਵੀ ਬਣੇ ਹੋਏ ਨੇ, ਅਤੇ ਨੌਜਵਾਨ ਵੀ ਇਹਨਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਸੋਚਦੇ ਨੇ ਕਿ ਜਦੋਂ ਸਾਡੇ ਬਾਪੂ ਹੋਰੀ ਅੱਜ ਮੈਦਾਨ ਦੇ ਵਿੱਚ ਦੌੜ ਰਹੇ ਨੇ ਤਾਂ ਅਸੀਂ ਕਿਉਂ ਨਹੀਂ ਦੌੜ ਸਕਦੇ, ਤਾਂ ਕਿਤੇ ਨਾ ਕਿਤੇ ਪ੍ਰੇਰਨਾ ਸਰੋਤ ਜਿਹੜੀ ਹੈ ਉਹ ਬਾਪੂ ਜੀ ਬਣੇ ਹੋਏ ਨੇ। ਸੋ ਤੁਸੀਂ ਦੇਖਦੇ ਰਹੋ ਸਿੱਖ ਯੂਨੀਵਰਸ ਚੈਨਲ। ਫਿਲਹਾਲ ਇਜਾਜ਼ਤ ਚਾਹਾਂਗੇ, ਧੰਨਵਾਦ।